ਆਪਾਂ ਨਾ ਡਿਸਾਈਡ ਨਹੀਂ ਕੀਤਾ ਕੀ ਹੈ, ਬਟ ਇਹ ਹੈ ਕਿ ਉਹ ਅਮਰਿੰਦਰ ਉਹਨਾਂ ਦੀ ਫਿਲਮ ਹੈ ਅਤੇ ਉਹ ਅਗਸਤ 4 ਨੂੰ ਆ ਰਹੀ ਹੈ, ਸਭ ਤੋਂ ਵੱਡੀ ਜਿਹੜੀ ਸੀਗੀ ਨੌਰਥ ਅਮਰੀਕਾ 'ਚ। ਅਤੇ ਇਹਨਾਂ ਨੇ ਚੱਲ ਮੇਰਾ ਪੁੱਤ 3 ਨੂੰ ਕ੍ਰੋਸ ਕਰਕੇ ਓਪਨਿੰਗ ਜਿਹੜੀ ਆ ਉਹ ਹੁਣ ਇਹ ਨੰਬਰ 1 'ਤੇ ਆ ਗਿਆ। ਸੋ ਕਾਰਜ ਗਿੱਲ ਜੀ ਸਾਡੇ ਨਾਲ ਮੌਜੂਦ ਨੇ, ਫਿਲਮ ਦੇਖੀ ਅਸੀਂ, ਸਾਨੂੰ ਬਹੁਤ ਵਧੀਆ ਲੱਗੀ, ਤੁਸੀਂ ਕੀ ਕਹੋਗੇ? ਕਿਉਂਕਿ ਸਭ ਦੀਆਂ ਅੱਖਾਂ ਨਮ ਸੀ। ਦੇਖੋ ਮੇਰਾ ਤਾਂ ਹੁਣ ਇਸ ਤੋਂ ਬਾਅਦ ਮੇਰਾ ਕੁਛ ਕਹਿਣਾ ਬਣਦਾ, ਤੁਹਾਨੂੰ ਵੀ ਫਿਲਮ ਵਧੀਆ ਲੱਗੀ ਆ ਮਤਲਬ, ਅਤੇ ਲੋਕਾਂ ਨੂੰ ਵਧੀਆ ਲੱਗ ਰਹੀ ਹੈ, ਮੇਰਾ ਤਾਂ ਫਿਰ ਉਸ ਤੋਂ ਬਾਅਦ ਮੇਰਾ ਬੋਲਣਾ ਬਣਦਾ ਨਹੀਂ ਕੁਛ ਫਿਲਮ। ਹਰ ਕਿਸੇ ਦੀਆਂ ਅੱਖਾਂ ਨਮ ਨੇ। ਹਾਂ, ਇਹ ਇੱਕ ਤੁਹਾਡੇ ਵਾਸਤੇ ਇੱਕ ਬਹੁਤ ਪੋਜ਼ਿਟਿਵ ਸਾਈਨ ਹੈ ਕਿ ਜਿਹੜੀ ਚੀਜ਼ ਤੁਸੀਂ ਲੋਕਾਂ ਨੂੰ ਕਨਵੇ ਕਰਨਾ ਚਾਹ ਰਹੇ ਹੋ, ਬੇਸਿਕਲੀ ਇਹ ਹਰ ਕਲਾਕਾਰ ਦਾ ਦਰਦ ਹੈ ਕਿ ਉਹ ਵੀ ਇਨਸਾਨ ਨੇ, ਉਹ ਵੀ ਉਹਨਾਂ ਦੇ ਪਰਿਵਾਰ ਨੇ, ਉਹਨਾਂ ਦੇ ਬੱਚੇ ਨੇ, ਉਹਨਾਂ ਦੀ ਆਮ ਲਾਈਫ ਜਿਹੜੀ ਆ ਉਹਨਾਂ ਆਮ ਲੋਕਾਂ ਵਰਗੀ ਹੁੰਦੀ ਆ, ਉਹਨਾਂ ਦੇ ਜਿਹੜੇ ਦਰਦ ਨੇ ਉਹ ਸਮਟਾਈਮ ਆਪਾਂ ਨੂੰ ਲੱਗਦਾ ਕਿ ਨਹੀਂ ਸ਼ਾਇਦ ਉਹਨਾਂ ਦੀ ਲਾਈਫ ਜਿਹੜੀ ਉਹ ਜੋ ਦੇਖਦੇ ਇੱਦਾਂ ਹੀ ਆ, ਪਰ ਉਹ ਵੀ ਆਮ ਇਨਸਾਨ ਨੇ। ਉਹਨਾਂ ਦੇ ਦਰਦ ਦੀ ਜਿਹੜੀ ਗੱਲ ਕੀਤੀ ਗਈ ਜੀ ਉਹ ਲੋਕਾਂ ਤੱਕ ਸਿੱਧੀ ਕਨਵੇ ਹੋ ਗਈ, ਲੋਕਾਂ ਤੱਕ ਪਹੁੰਚ ਗਈ ਆ, ਅਤੇ ਮੈਨੂੰ ਲੱਗਦਾ ਵੀ ਸਾਡਾ ਉਹ ਜਿਹੜੀ ਐਫਰਟ ਆ ਉਹ ਕੀਤੀ ਸਫਲ ਹੈ। ਅਮੈਰੀਕਾ ਦੇ ਵਿੱਚ ਇਹ ਪੰਜਾਬੀ ਫਿਲਮ ਸਭ ਤੋਂ ਉੱਪਰ ਟੌਪ 'ਤੇ ਹੈ, ਉਸ ਬਾਰੇ ਕੀ ਕਹੋ? ਹਾਂਜੀ, ਇਹ ਬਹੁਤ ਵਧੀਆ ਗੱਲ ਹੈ। ਨੌਰਥ ਅਮੈਰੀਕਾ ਦੇ ਵਿੱਚ ਇਹਨਾਂ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਜਿਹੜੀ ਆ ਉਹ ਓਪਨਿੰਗ ਕਰ ਲਈ ਆ। ਚੱਲ ਮੇਰਾ ਪੁੱਤ 3 ਸੀਗੀ ਇਸ ਤੋਂ ਪਹਿਲਾਂ ਸਭ ਤੋਂ ਵੱਡੀ ਜਿਹੜੀ ਸੀਗੀ ਨੌਰਥ ਅਮੈਰੀਕਾ 'ਚ, ਅਤੇ ਇਹਨਾਂ ਨੇ ਚੱਲ ਮੇਰਾ ਪੁੱਤ 3 ਨੂੰ ਕ੍ਰੋਸ ਕਰਕੇ ਓਪਨਿੰਗ ਜਿਹੜੀ ਆ ਉਹ ਹੁਣ ਇਹ ਨੰਬਰ 1 'ਤੇ ਆ ਗਿਆ। ਸੋ ਰਿਦਮ ਬੋਇਜ਼ ਹਰ ਵਾਰ ਨਵੇਂ ਕਨਸੈਪਟ ਲੈ ਕੇ ਆਉਂਦਾ ਅਤੇ ਦਰਸ਼ਕਾਂ ਨੂੰ ਪਸੰਦ ਵੀ ਆਉਂਦਾ, ਕਿ ਚੁਣ ਚੁਣ ਕੇ ਤੁਸੀਂ ਫਿਲਮਾਂ ਲੈ ਕੇ ਆਉਂਦੇ ਹੋ? ਚੁਣ ਕੇ ਮਤਲਬ ਮੈਨੂੰ ਲੱਗਦਾ ਜਿੰਨੇ ਵੀ ਮੇਕਰਸ ਨੇ, ਜਿੰਨੇ ਵੀ ਸਾਰੇ ਫਿਲਮਾਂ ਬਣਾਉਣ ਵਾਲੇ ਨੇ, ਸਾਰੇ ਵਧੀਆ ਹੀ ਕੰਮ ਕਰ ਰਹੇ ਨੇ, ਸਾਰੇ ਚੁਣ ਚੁਣ ਕੇ ਹੀ ਲੈ ਕੇ ਆਉਂਦੇ ਆ। ਓਬਵੀਅਸ ਅਸੀਂ ਵੀ ਆਪਣੀ ਐਫਰਟ ਕਰਦੇ ਹਾਂ, ਔਰ ਰੱਬ ਦੀ ਮਿਹਰ ਹੈ ਕਿ ਸਾਡੇ ਵਾਲੀ ਲੋਕਾਂ ਨੂੰ ਥੋੜ੍ਹੀ ਜ਼ਿਆਦਾ ਪਸੰਦ ਆ ਜਾਂਦੀ ਹੋਊਗੀ, ਹਾਲਾਂਕਿ ਲੋਕ ਵੀ ਬਾਕੀ ਵੀ ਪਸੰਦ ਆਉਂਦੀਆਂ, ਬਾਕੀ ਫਿਲਮਾਂ ਵੀ ਚੱਲਦੀਆਂ, ਪਤਾ ਨਹੀਂ ਇਹ ਉੱਪਰ ਵਾਲੇ ਨੂੰ ਪਤਾ। ਸੋ ਅੰਗਰੇਜ਼ ਫਿਲਮ ਨੂੰ ਆਡੀਅੰਸ ਨੇ ਬਹੁਤ ਪਸੰਦ ਕੀਤਾ ਸੀ, ਅੰਗਰੇਜ਼ 2 ਬਣਾਉਣ ਬਾਰੇ ਨਹੀਂ ਸੋਚਿਆ? ਅੰਗਰੇਜ਼ 2 ਬਾਰੇ ਹੋਈ ਕਿੰਨੀ ਵਾਰੀ ਗੱਲ ਹੋ ਚੁੱਕੀ ਹੈ, ਪਰ ਸਾਨੂੰ ਇਹ ਲੱਗਦਾ ਕਿ ਜਿੰਨੀ ਜਿੱਡੀ ਕੋਈ ਇੱਕ ਚੀਜ਼ 1 ਹੈਗੀ ਆ ਜਾਂ ਪਾਰਟ 1 ਆ, ਜਦੋਂ 2 ਕਰਨਾ ਤਾਂ ਉਹ ਉਸ ਤੋਂ ਉੱਪਰ ਦੀ ਗੱਲ ਕੋਈ ਆਊਗੀ, ਫਿਰ ਹੀ ਉਹਨੂੰ ਕਹੂੰਗਾ। ਸਿਰਫ ਇਸ ਕਰਕੇ ਨਹੀਂ ਕਿ ਕੈਸ਼ ਕਰਨ ਵਾਸਤੇ ਆਪਾਂ ਉਹਨੂੰ 2 ਨਹੀਂ ਬਣਾਵਾਂਗੇ, ਜਦੋਂ ਉਸ ਤੋਂ ਉੱਪਰ ਦੀ ਕੋਈ ਗੱਲ ਆਊਗੀ ਤਾਂ ਡੈਫੀਨੇਟਲੀ ਆਪਾਂ ਬਣਾਵਾਂਗੇ। ਮੈਂ ਪਹਿਲਾਂ ਵੀ ਤੁਹਾਨੂੰ ਪੁੱਛਿਆ ਸੀਗਾ ਕਿ ਜਿਹੜੀ ਤੁਸੀਂ ਅਗਲੀ ਫਿਲਮ ਮੋੜ ਤੋਂ ਬਾਅਦ ਕਹੀ ਹੈ ਵੀ ਉਹਦਾ ਨਾਮ ਹਲੇ ਅਨਾਊਂਸ ਨਹੀਂ ਕਰਨਾ, ਮਤਲਬ ਬਣਿਆ ਨਹੀਂ ਹਲੇ ਉਹਦਾ ਨਾਮ? ਹਾਂਜੀ, ਉਹਦਾ ਨਾਂ ਹਲੇ ਨਾ ਆਪਾਂ ਨਾ ਡਿਸਾਈਡ ਨਹੀਂ ਕੀਤਾ ਕੀ ਹੈ, ਬਟ ਇਹ ਕਿ ਉਹ ਅਮਰਿੰਦਰ ਉਹਨਾਂ ਦੀ ਫਿਲਮ ਹੈ ਅਤੇ ਉਹ ਅਗਸਤ 4 ਨੂੰ ਆ ਰਹੀ ਹੈ। ਕੋਈ ਟਾਈਮ, ਕੋਈ ਸਮਾਂ ਕਦੋਂ ਰਿਵੀਲ ਕਰੋਗੇ? ਮੇਰਾ ਖਿਆਲ ਨੈਕਸਟ 10-15 ਦਿਨ 'ਚ ਉਹਦਾ ਨਾਂ ਰਿਵੀਲ ਹੋਵੇ। ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਆਡੀਅੰਸ ਨੂੰ? ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਫਰਾਈਡੇ ਕੁਛ ਟੈਕਨੀਕਲ ਰੀਜ਼ਨ ਕਰਕੇ ਫਿਲਮ ਪੰਜਾਬ ਦੇ ਵਿੱਚ ਮੀਡੀਆ 'ਚ ਨਹੀਂ ਲੱਗ ਸਕੀ ਸੀ ਸਵੇਰੇ, ਅਤੇ ਉਹ ਫਰਾਈਡੇ ਈਵਨਿੰਗ ਲਾਸਟ ਸ਼ੋਅ ਤੋਂ ਓਪਨ ਹੋ ਗਈ ਆ ਪ੍ਰੋਪਰ, ਸੈਟਰਡੇ ਕੱਲ੍ਹ ਸੰਡੇ ਤੁਸੀਂ ਦੇਖ ਹੀ ਰਹੇ ਹੋ, ਅਤੇ ਮੈਂ ਲੋਕਾਂ ਨੂੰ ਇਹ ਅਪੀਲ ਕਰੂੰਗਾ ਕਿ ਫਿਲਮ ਲੱਗ ਗਈ ਆ ਪ੍ਰੋਪਰ ਤਰੀਕੇ ਦੇ ਨਾਲ, ਅਤੇ ਜਾਓ ਅਤੇ ਦੇਖੋ ਫੈਮਿਲੀ ਨਾਲ। ਥੈਂਕ ਯੂ ਸੋ ਮਚ। ਥੈਂਕ ਯੂ, ਥੈਂਕ ਯੂ। Thank you.